2021 ਵਿੱਚ ਕੈਨੇਡਾ ਵਿੱਚ ਕਤਲੇਆਮ ਦੀ ਦਰ ਵਿੱਚ 3 ਫੀਸਦੀ ਦਾ ਵਾਧਾ ਹੋਇਆ ਜਦੋਂ ਕਿ ਮੂਲ ਨਿਵਾਸੀ ਪੀੜਤਾਂ ਦੀ ਗਿਣਤੀ ਅਸਧਾਰਨ ਤੌਰ ਤੇ ਉੱਚੀ ਰਹੀ। ਰਾਸ਼ਟਰੀ ਅੰਕੜਾ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਅਤੇ ਸਮਾਚਾਰ ਏਜੰਸੀ ਸ਼ਨੂਆ ਦੀ ਰਿਪੋਰਟ ਦੇ ਅਨੁਸਾਰ ਸਟੈਟਿਸ ਕੈਨੇਡਾ ਨੇ ਸੂਬਾ ਨੂੰ ਖੁਲਾਸਾ ਕੀਤਾ ਹੈ ਕਿ 2021 ਵਿੱਚ ਪੁਲਿਸ ਨੇ ਦੇਸ਼ ਵਿੱਚ 788 ਹਤਿਆਵਾਂ ਦੀ ਸੂਚਨਾ ਦਿੱਤੀ ਹੈ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 29% ਹਤਿਆਵਾਂ ਨੂੰ ਦਰਸਾਉਂਦਾ ਹੈ ਅਤੇ 2019 ਤੋਂ ਬਾਅਦ ਲਗਾਤਾਰ ਤੀਜਾ ਵਾਧਾ ਹੈ ਸੱਟੇ ਵੱਜੋ 2020 ਦੀ ਤੁਲਨਾ ਵਿੱਚ ਰਾਸ਼ਟਰੀ ਕਤਲਿਆਂ ਦੀ ਦਰ ਪ੍ਰਤੀ 1 ਲੱਖ ਆਬਾਦੀ 'ਚ 2.6 ਹੋ ਗਈ ਇਸ ਦੌਰਾਨ 2021 ਵਿੱਚ ਪੁਲਿਸ ਨੇ 1 ਤੋਂ 90 ਕਤਲਿਆਮ ਪੀੜਤਾਂ ਨੂੰ ਸਵਦੇਸ਼ੀ ਦੱਸਿਆ ਇਹ 752 ਪੀੜਤਾ ਵਿੱਚੋਂ 25% ਨੂੰ ਦਰਸਾਉਂਦਾ ਹੈ ਜਿਨ੍ਹਾਂ ਲਈ ਸਵਦੇਸ਼ੀ ਪਛਾਣ ਬਾਰੇ ਜਾਣਕਾਰੀ ਉਪਲਬਧ ਸੀ ਸਟੈਟਿਸ ਕੈਨੇਡਾ ਨੇ ਕਿਹਾ ਕਿ ਸਵਦੇਸ਼ੀ ਪੀੜਤਾਂ ਦੀ ਹੱਤਿਆ ਦੀ ਦਰ 1 ਲੱਖ ਆਦੀਵਾਸੀ ਲੋਕਾਂ ਵਿੱਚ 9.17 ਸੀ ਜੋ ਗੈਰ ਆਵਾਸੀ ਲੋਕਾਂ ਨਾਲੋਂ 6 ਗੁਣਾ ਵੱਧ ਸੀ